ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਜਿਹੜੀ ਬਾਣੀ ਹੈ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਸਿੱਖਾਂ ਨੇ ਸਵਾਲ ਕੀਤਾ, ਸਤਿਗੁਰੂ ਮਹਾਰਾਜ ਇਹ ਜਿਹੜੀ ਬਾਣੀ ਹੈ ਇਸ ਬਾਣੀ ਨੂੰ ਤੁਸਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਇੱਕ ਰੂਪ ਕਰਕੇ ਕਿਉਂ ਗੁਰਤਾ ਗੱਦੀ ਨਹੀਂ ਦਿੱਤੀ? ਤਾਂ ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਨਿਰੰਕਾਰ ਵਾਹਿਗੁਰੂ ਨੇ ਦੋ ਜੋਤ ਜੋ ਦੋ ਪ੍ਰਕਾਸ਼ ਬਣਾਏ ਹਨ, ਚੰਦਰਮਾ ਦੀ ਸ਼ਕਤੀ ਵੱਖਰੀ ਹੈ ਤੇ ਸੂਰਜ ਦੀ ਸ਼ਕਤੀ ਵੱਖਰੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜਾ ਹੈ ਭਗਤੀ ਰਸ ਭਗਤੀ ਦਾ ਰੂਪ ਹੈ ਅਤੇ ਸਾਡੀ ਜਿਹੜੀ ਬਾਣੀ ਹੈ ਦਸਮ ਗ੍ਰੰਥ ਦੀ ਇਹ ਵੀਰ ਰਸ ਸੂਰਜ ਦੀ ਨਿਆਈ ਤਪਸ਼ ਵਾਲੀ ਬਾਣੀ ਹੈ ਅਤੇ ਉਸ ਬਾਣੀ ਦੇ ਅੰਦਰ ਮੈਂ ਪਿਛਲੇ ਜਨਮ ਦਾ ਜਿਹੜਾ ਮੇਰਾ ਜਨਮ ਹੈ ਜਿਵੇਂ ਪਿਛਲੇ ਯੁਗਾਂ ਦੇ ਅੰਦਰ ਮੈਂ ਤਪ ਕੀਤਾ ਆਪਣੀ ਜੀਵਨ ਕਥਾ ਲਿਖੀ ਹੈ। ਇਸ ਕਰਕੇ ਇਸ ਬਾਣੀ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਨਹੀਂ ਕੀਤਾ। ਫਿਰ ਮਹਾਰਾਜ ਕਹਿਣ ਲੱਗੇ ਮੇਰੀ ਕੋਈ ਇੱਛਾ ਨਹੀਂ ਸੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਰਚਨਾ ਕਰਨ ਦੇ ਵਾਸਤੇ। ਇੱਕ ਸਵਾਲ ਹੈ ਸਾਧ ਸੰਗਤ ਜੀ, ਖਿਆਲ ਕਰਿਓ ਦਸਮ ਗ੍ਰੰਥ ਦੀ ਜਿਹੜੀ ਬਾਣੀ ਹੈ ਅੱਜ ਜਿਹੜਾ ਆਪਾਂ ਮਹਾਨ ਪੁਰਬ ਮਨਾ ਰਹੇ ਹਾਂ ਖਾਲਸਾ ਪ੍ਰਗਟ ਦਿਵਸ, ਖਾਲਸਾ ਸਾਜਨਾ ਦਿਵਸ, ਖਾਲਸੇ ਪੰਥ ਦੀ ਸਿਰਜਣਾ ਕਰਨ ਤੋਂ ਪਹਿਲਾਂ ਹੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਦਸਮ ਗ੍ਰੰਥ ਦੀ ਰਚਨਾ ਕਰ ਦਿੱਤੀ ਸੀ ਅਤੇ ਖਾਲਸਾ ਪੰਥ ਦੀ ਸਿਰਜਣਾ ਕਰਨ ਤੋਂ ਪਹਿਲਾਂ ਹੀ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਅੰਦਰ 14 ਜੰਗ ਯੁੱਧ ਕੀਤੇ ਸਨ। ਉਸ ਤੋਂ ਪਹਿਲਾਂ ਵੀ ਕੁਝ ਜੰਗ ਯੁੱਧ ਕੀਤੇ ਸਨ, ਜਿਵੇਂ ਦਸਮ ਗ੍ਰੰਥ ਦੇ ਅੰਦਰ ਨਦੌਣ ਦਾ ਯੁੱਧ, ਭੰਗਾਣੀ ਦਾ ਯੁੱਧ, ਹੁਸੈਨੀ ਦਾ ਯੁੱਧ, ਸਾਰਿਆਂ ਦਾ ਸਤਿਗੁਰੂ ਮਹਾਰਾਜ ਨੇ ਕਥਨ ਕੀਤਾ ਹੈ। ਤੋ ਮਹਾਰਾਜ ਕਹਿਣ ਲੱਗੇ ਮੇਰੀ ਕੋਈ ਇੱਛਾ ਨਹੀਂ ਸੀ। ਮਹਾਰਾਜ ਕਹਿੰਦੇ ਦਸਮ ਕਥਾ ਭਾਗਵਤ ਕੇ ਭਾਖਾ ਕਰੀ ਬਣਾਏ ਔਰ ਬਾਛਨਾ ਨਾਏ ਪ੍ਰਭ ਧਰਮ ਯੁੱਧ ਕੇ ਚਾਹ। ਧਰਮ ਯੁੱਧ ਦੀ ਮੈਂ ਚਾਹਨਾ ਨੂੰ ਰੱਖ ਕਰਕੇ ਇਸ ਬਾਣੀ ਦੀ ਰਚਨਾ ਕੀਤੀ ਹੈ ਅਤੇ ਇਹ ਜਿਹੜੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਸਾਧ ਸੰਗਤ ਜੀ, ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਆਖਿਆ ਹੈ। ਜਿਸ ਵੇਲੇ ਤੁਸੀਂ ਸਾਰੇ ਜਾਪ ਸਾਹਿਬ ਨੂੰ ਪੜ੍ਹ ਕੇ ਵਿਚਾਰੋਗੇ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ ਵਿਚਾਰੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਤਾਲਮੇਲ ਸਮਝ ਆਵੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਅਤੇ ਦਸਮ ਗ੍ਰੰਥ ਦੀ ਬਾਣੀ ਦੇ ਅੰਦਰ ਕੋਈ ਫਰਕ ਨਹੀਂ ਹੈ। ਇਸ ਬਚਨ ਨੂੰ ਸਮਝਣ ਦੇ ਵਾਸਤੇ ਭੱਟਾਂ ਦੇ ਸਵਈਆਂ ਦੇ ਅੰਦਰ ਇੱਕ ਸਵਈਆ ਦਰਜ ਹੈ, ਸਤ ਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਾਘਵੰਸ਼ ਕਹਾਇਓ, ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦਿਓ। ਇਹ ਜਿਹੜਾ ਸਵਈਆ ਹੈ ਭੱਟਾਂ ਦਾ, ਇੱਕ ਪੰਕਤੀ ਦੇ ਅੰਦਰ ਇੱਕ ਯੁਗ ਦਾ ਵਰਣਨ ਹੈ, ਇੱਕ ਪੰਕਤੀ ਦੇ ਅੰਦਰ ਇੱਕ ਯੁਗ ਦੇ ਅਵਤਾਰ ਦਾ ਵਰਣਨ ਹੈ, ਪਰ ਇਹਦਾ ਸਾਰਾ ਦਾ ਸਾਰਾ ਜਿਹੜਾ ਵਿਸਤਾਰ ਹੈ ਦਸਮ ਗ੍ਰੰਥ ਦੇ ਅੰਦਰ ਕ੍ਰਿਸ਼ਨ ਅਵਤਾਰ ਹੈ, ਦਸਮ ਗ੍ਰੰਥ ਦੇ ਅੰਦਰ ਰਾਮ ਅਵਤਾਰ ਹੈ, ਦਸਮ ਗ੍ਰੰਥ ਦੇ ਅੰਦਰ ਉਗਰ ਸੈਨ ਦਾ ਸਾਰਾ ਪ੍ਰਸੰਗ ਹੈ, ਬਚਿੱਤਰ ਨਾਟਕ ਦੇ ਅੰਦਰ ਸੋਢੀ ਵੰਸ਼ ਦਾ ਸਾਰਾ ਵਰਣਨ ਹੈ, ਬਚਿੱਤਰ ਨਾਟਕ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਬੇਦੀ ਵੰਸ਼ ਦਾ ਸਾਰਾ ਵਰਣਨ ਹੈ। ਤੁਹਾਡੇ ਸਾਹਮਣੇ ਇਹ ਗੱਲ ਜ਼ਾਹਿਰ ਹੋ ਗਈ ਕਿ ਦਸਮ ਗ੍ਰੰਥ ਦੀ ਬਾਣੀ ਜਿਹੜੀ ਹੈ ਉਹ ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਸਤਾਰ ਦੇ ਸਹਿਤ ਵਿਆਖਿਆ ਕਰਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੋ ਇਹ ਜਿਹੜੀ ਬਾਣੀ ਹੈ ਸਾਧ ਸੰਗਤ ਜੀ, ਜੁੱਧ ਜੈਤੂ ਬਾਣੀ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਅੰਦਰ 14 ਤਰ੍ਹਾਂ ਦੇ ਜੰਗ ਯੁੱਧ ਦਾ ਜਿਹੜਾ ਵਿਜੈ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ ਹੈ ਇਸੇ ਬਾਣੀ ਦੇ ਸਦਕਾ, ਕਿਉਂਕਿ ਜਿਸ ਵੇਲੇ ਆਪਾਂ ਇਸ ਬਾਣੀ ਨੂੰ ਪੜ੍ਹਦੇ ਹਾਂ ਸਾਧ ਸੰਗਤ ਜੀ, ਉਸ ਵੇਲੇ ਜੋਸ਼ ਪੈਦਾ ਹੋ ਜਾਂਦਾ ਹੈ, ਵੀਰ ਰਸ ਪੈਦਾ ਹੋ ਜਾਂਦਾ ਹੈ। ਇਸ ਵਾਸਤੇ ਅੱਜ ਵਾਲਾ ਜਿਹੜਾ ਮਹਾਨ ਦਿਵਸ ਹੈ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਈਸਵੀ ਸਨ 1699 ਕੇਸਗੜ੍ਹ ਦੀ ਪਾਵਨ ਧਰਤੀ ਤੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਸੀ। ਤਾਂ ਉਸ ਵੇਲੇ ਔਰੰਗਜ਼ੇਬ ਦਾ ਰਾਜ ਸੀ, ਉਸ ਦੇ ਰਾਜ ਦੇ ਅੰਦਰ ਧਰਮ ਦੇ ਜਿਹੜੇ ਪੰਜ